ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਅਧੀਨ ਆਉਂਦੇ ਫਤਿਹਪੁਰ ਦੀ ਰਹਿਣ ਵਾਲੀ ਇੱਕ ਗੁੱਜਰ ਬਰਾਦਰੀ ਦੀ ਔਰਤ ਨੇ ਆਪਣੇ ਚਾਚੇ ਸਹੁਰੇ ਦੇ ਬੇਟੇ ਵੱਲੋਂ ਉਸ ਦੇ ਨਾਲ ਜ਼ਬਰਦਸਤੀ ਬਲਾਤਕਾਰ ਦੇ ਦੋਸ਼ ਲਗਾਏ ਨੇ। ਜਾਣਕਾਰੀ ਦਿੰਦੇ ਪੀੜਤ ਔਰਤ ਨੇ ਦੱਸਿਆ ਕਿ 28 ਮਈ ਦੀ ਰਾਤ ਉਸਦਾ ਪਤੀ ਵਪਾਰ ਸੰਬੰਧੀ ਕਿਸੇ ਕੰਮ ਸ਼ਹਿਰ ਤੋਂ ਬਾਹਰ ਗਿਆ ਸੀ ਅਤੇ ਉਹ ਘਰ ਵਿੱਚ ਇਕੱਲੀ ਆਪਣੇ ਬੱਚਿਆਂ ਦੇ ਨਾਲ ਸੀ। ਉਹਨਾਂ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਉਸਦੇ ਚਾਚੇ ਸਹੁਰੇ ਦਾ ਮੁੰਡਾ ਹਾਕਮ ਆਪਣੇ ਦੋ ਅਣਪਛਾਤੇ ਨੌਜਵਾਨਾਂ ਦੇ ਨਾਲ ਆਇਆ ਅਤੇ ਉਸਦੇ ਹੱਥ ਪੈਰ ਬੰਨ ਕੇ ਜ਼ਬਰਦਸਤੀ ਉਸਨੇ ਬਲਾਤਕਾਰ ਕੀਤਾ ਅਤੇ ਉਸਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਿਆ। ਸਵੇਰੇ 8 ਵਜੇ ਦੇ ਕਰੀਬ ਜਦ ਉਸਦਾ ਪਤੀ ਘਰ ਆਇਆ ਤਾਂ ਉਸਨੇ ਆਪਣੇ ਨਾਲ ਬੀਤੀ ਪਤਨੀ ਨੂੰ ਦੱਸੀ ਅਤੇ ਸੰਬੰਧਿਤ ਚੌਂਕੀ ਦੇ ਵਿੱਚ ਲੜਕੇ ਦੇ ਦੌਰਾਨ ਪਛਾਤੇ ਨੌਜਵਾਨਾਂ ਖਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਪੀੜਿਤ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਮੈਡੀਕਲ ਕਰਵਾਉਣ ਦੀ ਬਜਾਏ ਵਾਰ-ਵਾਰ ਚੱਕਰ ਲਗਵਾਏ ਜਾ ਰਹੇ ਨੇ। ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਲੜਕੇ ਦੇ ਦੌਰਾਨ ਪਛਾਤੇ ਨੌਜਵਾਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਕੀ ਨਾਂ ਤੁਹਾਡਾ ਜੀ? ਆਸ਼ੂ। ਪਤੀ ਨਾਲ? ਮਸ਼ਹੂਰ। ਕੀ ਹੋਇਆ ਤੁਹਾਡੇ ਨਾਲ? ਸਾਡੇ ਨਾਲ ਹਾਕਮ ਆਇਆ ਸੀ, ਨਾਲ ਉਹਦੇ ਦੋ ਬੰਦੇ ਆਏ ਸੀ, ਉਹਨਾਂ ਨੇ ਮੇਰੇ ਨਾਲ ਗਲਤ ਕੰਮ ਕੀਤਾ ਆ। ਹਾਕਮ ਕੌਣ? ਹਾਕਮ ਮਸ਼ਹੂਰ ਦੇ ਚਾਚੇ ਦਾ ਮੁੰਡਾ ਆ। ਅਤੇ ਹੋਰ ਬੰਦੇ ਜਿਹੜੇ ਨਾਲ ਉਹਦੇ ਦੋਸਤੀ ਪਤਾ ਨਹੀਂ ਦੋ ਲਿਆਂਦੇ ਨਾਲ, ਉਹਨਾਂ ਨੇ ਲੱਤਾਂ ਮਾਵਾਂ ਬੰਨੀਆਂ ਮੇਰੀਆਂ, ਉਹਨੇ ਹਾਕਮ ਨੇ ਗਲਤ ਕੰਮ ਕੀਤਾ ਮੇਰੇ ਨਾਲ। ਕਿੱਦਾਂ ਦੀ ਗੱਲ? ਹੋਰ ਕਿੰਨੇ ਵਜੇ ਦਾ ਟਾਈਮ ਸੀ? ਪਰਸੋਂ ਦੀ ਗੱਲ ਆ, ਅਤੇ 12 ਵਜੇ ਦਾ ਟਾਈਮ ਸੀ। ਤੁਹਾਡਾ ਪਤੀ ਕਿੱਥੇ ਸੀ? ਸਾਡਾ ਪਤੀ ਉੱਧਰ ਗਿਆ ਸੀ ਵਪਾਰ 'ਤੇ, ਫਿਰ ਉਹਨਾਂ ਨੇ ਗਲਤ ਕੰਮ ਕੀਤਾ, ਫਿਰ ਉਹ ਚੱਲ ਗਏ, ਮੁੜ ਕੇ ਵਾਪਸ ਉਹ ਧਮਕੀ ਮਾਰ ਗਏ ਜੀ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਤੈਨੂੰ ਮਾਰ ਦਿਆਂਗੇ। ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ? ਹੋਰ ਕੋਈ ਨਹੀਂ, ਬੱਚੇ ਹੀ ਮੇਰੇ ਛੋਟੇ, ਉਹਨਾਂ ਨੂੰ ਵੀ ਧਮਕੀ ਮਾਰ ਗਏ। ਸਿਰਫ ਤੁਹਾਡੇ ਚਾਚੇ ਦੇ ਮੁੰਡੇ ਨੇ ਕੀਤਾ ਗਲਤ ਕੰਮ ਜਾਂ ਦੂਜਿਆਂ ਨੇ? ਚਾਚੇ ਦੇ ਮੁੰਡੇ ਨੇ। ਪੁਲਿਸ ਨੂੰ ਦੱਸਿਆ ਇਸ ਬਾਰੇ? ਹਾਂਜੀ, ਪੁਲਿਸ ਕਾਰਵਾਈ ਨਹੀਂ ਕਰਨ ਡਈ ਸਾਡੀ, ਅੱਜ 3 ਦਿਨ ਹੋ ਗਏ, ਹਾਂਜੀ 3 ਦਿਨ ਹੋ ਗਏ ਬਾਹਰ ਧੁੱਪ 'ਚ, ਬੱਚੇ ਛੋਟੇ ਛੋਟੇ ਛੱਡ ਗਏ। ਨਹੀਂ ਜੀ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲੇ ਕਹਿੰਦੇ ਠਹਿਰ ਕੇ ਆਇਓ, ਕੱਲ੍ਹ ਆਇਓ, ਪਰਸੋਂ ਆਇਓ, ਇਸ ਤਰ੍ਹਾਂ ਕਹਿੰਦੇ ਰੋਜ਼ ਹੀ। ਕੀ ਮੰਗਾ? ਮੈਂ ਉਹਨੂੰ ਪਰਚਾ ਕਰਾਉਣਾ ਚਾਹੁੰਦੀ ਹਾਂ ਅੰਦਰ ਲਾਉਣਾ। ਸਰ ਜੀ, ਮੇਰਾ ਨਾਮ ਮਸ਼ਹੂਰ ਹੈ। ਕੀ ਹੋਇਆ? ਸਾਡਾ ਨਾ ਸਰ ਜਰਦੀ ਰਾਤ ਮੈਂ ਕਿਤੇ ਕਾਰੋਬਾਰ ਆਪਣੇ ਕੰਮ ਕਾਰ 'ਤੇ ਗਿਆ ਸੀ, ਸ਼ਾਮ ਵੇਲੇ ਚਲ ਗਿਆ ਉੱਥੋਂ ਪਰਾਂ, ਅਤੇ ਰਾਤ ਨਾ ਸਰ ਮੈਂ ਹਾਕਮ ਨੂੰ ਸਾਹਮਣੇ ਮੈਨੂੰ ਫੋਨ ਲਾਇਆ ਕਿੱਥੇ ਆ, ਅਤੇ ਮੈਨੂੰ ਉਹਨੇ ਮੈਂ ਤੇਰੇ ਘਰ ਜਾਣਾ, ਚਲੋ ਮੇਰੇ ਘਰ ਚੱਲ ਜਾਓ, ਮੇਰੀ ਬੀਬੀ ਇਕੱਲੇ ਘਰ ਆ, ਅਤੇ ਉਹਨੇ ਸਰ ਰਾਤ ਨੂੰ ਉਹਨੇ ਨਾ ਰਾਤ ਗਲਤ ਕੰਮ ਕਰ ਲਿਆ ਸਰ, ਰਾਤ ਆ ਗਿਆ ਅਤੇ 12 ਵਜੇ ਨਾ ਬੇਈਮਾਨ ਹੋ ਗਿਆ। ਕਿੰਨਾ ਕੀਤਾ ਰਾਤ ਸਰ ਜੀ? ਮੇਰੀ ਬੀਬੀ ਨਾਲ ਗਲਤ ਕੰਮ ਕੀਤਾ ਰਾਤ ਦੇ 12 ਵਜੇ ਸਰ, ਮੇਰੇ ਨਿੱਕੇ ਨਿੱਕੇ ਬੱਚੇ 2, ਮਜਬੂਰੀ ਹੋ ਗਈ ਸਰ ਸਾਡੇ ਨਾਲ। ਕੀ ਦੱਸਿਆ ਤੁਹਾਡੀ ਬੀਬੀ ਨੇ ਤੁਹਾਨੂੰ? ਸਾਡੀ ਬੀਬੀ ਨੇ ਦੱਸਿਆ ਸੁਬਾਰਾ ਸਰ ਸਾਡੀ, ਅਸੀਂ 8 ਵਜੇ ਆਏ ਹਾਂ ਅਤੇ ਬੀਬੀ ਸਾਡੀ ਰਾਤ ਮੇਰੇ ਘਰ ਸਰ ਰੌਂਡੇ ਵੀ ਆ, ਅਤੇ ਤੁਸੀਂ ਕਿੱਥੇ ਚੱਲ ਗਏ ਅਤੇ ਰਾਤ ਨੂੰ ਇੱਦਾਂ ਦਾ ਮੇਰਾ ਨਾ ਚਾਂਸ ਹੋ ਚੱਲਿਆ। ਅਤੇ ਸਰ ਜੀ ਅਸੀਂ ਨਾ ਫਿਰ ਆਪਣੀ ਕਾਰਵਾਈ ਕਰਨ ਲੱਗੇ, ਅਤੇ ਫਿਰ ਤਾਂ ਸਾਡੀ ਪੁਲਿਸ ਅਸੀਂ ਗਏ ਅਤੇ ਸਾਡੀ ਕਾਰਵਾਈ ਨਹੀਂ। ਆਖਮ ਸਰ ਜੀ ਮੇਰੇ ਚਾਚੇ ਦਾ ਮੁੰਡਾ ਆ। ਕਿੱਥੇ ਰਹਿੰਦਾ? ਬੋੜੂ ਰਹਿੰਦਾ ਸਰ ਜੀ, ਨੇਰ 'ਤੇ। ਕੀ ਮੰਗ ਕਰਦੇ ਜੀ? ਸਰ ਜੀ ਅਸੀਂ ਇਹ ਮੰਗ ਕਰਦੇ ਕਿ ਅਸੀਂ ਸਾਡਾ ਕਾਰਵਾਈ ਹੋਏ, ਸਾਡਾ ਪਰਚਾ ਕੀਤਾ ਜਾਵੇ ਅੰਦਰ ਹੁੰਦੇ ਜਾਵੇ। ਪੁਲਿਸ ਸਰ ਜੀ ਸਾਡੀ ਕਾਰਵਾਈ ਨਹੀਂ ਕਰਨੀ, ਕਹਿ ਦਿੰਦੇ ਆ ਮੁੰਡਾ ਆਵੇ, ਇੱਕ ਦੋ ਮੁੰਡਾ ਲਿਓ ਲੱਭ ਗਿਆ ਆਵੇ, ਕੱਲ੍ਹ ਆਵੇ, ਅੱਜ ਆਵੇ, ਸਾਡਾ ਕੋਈ ਨਿਆਣੇ ਆਉਣ ਡਿਆ। ਗੁੱਜਰਾਂ ਦੀ ਆਸ਼ੂ ਨਾਮੀ ਔਰਤ ਆ, ਉਹਨੇ ਆਪਣੇ ਦਿਓਰ ਹਰ ਉੱਤੇ ਉਹਨਾਂ ਗਲਤ ਹਰਕਤ ਕਰਨ ਦਾ ਇਲਜ਼ਾਮ ਲਾਏ ਆ, ਜਿਹੜੀ ਦਰਖਾਸਤ ਆਈ ਆ ਉਹਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।